जी बिस्मिल्लाहिर्रहमानिर्रहीम, अस्सलाम वालेकुम। कैसे हैं आप सब? उम्मीद है कि सब बहन भाई खैर खैरियत से होंगे। जी इस वक्त जो है ना, हम जा रहे हैं भाई अब्बास को मिलने के लिए, तो भाई अब्बास के पास चलते हैं। तो फिर जो है ना, वो उनके साथ जो भी गपशप हुई तो हम ज़रूर अपने बहन भाइयों को सुनाएंगे कि उनका कैसा हाल है और किस हाल में है। सारी बातें वीडियो शुरू से लेकर आखिर तक ज़रूर देखना। चलो जी असं चलते हैं हूँ भाई अब्बास को, उन्होंने मिलते हैं, उन्होंने गप शप लाने। जी असं आए हैं भाई अब्बास के घर मेहमान। नहीं खाना पीना पहले, नहीं कोई शायद खाने हमने बाजारों में आए हैं भाई, मैंने जल्दी करने वापस जाना सी रात रो भाई पाड़ा वास्ते देसी मुर्गा बनाने हम टाइम नहीं हैगा सी वापस जा, क्योंकि ऐसे आए हैं आगे जाना सी इधर से नहीं जा सकते। बस पहले हुंदी सी होर का असी आंदे सी दो दो चार चार दिन तीन तीन दिन रह के जाते सी। अच्छी गल है भाई, रहना चाहिए। बस हुन वक्त दे नाल नाल तब्दीली आ गई है, तो हुन साडे कोल खुद टाइम नहीं हैगा, असी सिर्फ 1 घंटे दी खातिर आए सी। ठीक है ना, उधर तुसी आ गए हो, असी कहे भी चलो मिलते जाइए। मसरूफ ਇਸੀ ਵਜ੍ਹਾ ਤੋਂ ਤਾਂ ਟਾਈਮ ਕੋਈ ਨਹੀਂ ਹੈਗਾ। ਮੇਰਾ ਕਮਰਾ ਹੈ ਚੱਕ ਤੁਹਾਡਾ। ਮੇਰਾ ਕੰਮ ਬਹੁਤ ਹੈ। ਕੰਮ ਤੇ ਸਾਰਾ ਨਾ ਕਮਰਾ ਲੱਗਾ। ਬਹੁਤ ਸਾਰਾ ਕੰਮ ਤੇ ਚੱਲਿਆ। ਅੱਜ ਮੈਂ ਚਾਹਦੇ ਸੀ ਮਿੱਤਰ ਐਸੇ ਤੇ ਭਾਈ ਚਾਹਦਾ ਨੇ ਭਾਈ ਤੁਹਾਨੂੰ ਸੁਣਾ ਦੇ ਤਾਂ ਨਹੀਂ, ਇਹ ਤੇ ਬਸ ਐਵੇਂ ਕੰਮ ਹੋ ਜਾਣਾ। ਹੋ ਸਕਦਾ ਇਹ ਲੋਕ ਕੰਮ ਸ਼ੁਰੂ ਕਰਨ ਨਿੱਕੇ ਨਿੱਕੇ ਕੰਮ ਵਿੱਚ ਬੜੇ ਨਿਕਲੇ ਹੁੰਦੇ। बोतल बोतल चॉकलेट दे रही मैनू पता हो रहा है बेटा, तो बहुत करो मेहमान दोगे चाह पानी मार पीटा कितने
ਖੁਸ਼ੀ ਹੋਈ ਆ ਸਾਡੇ ਕੋਲ ਚੱਕਰ ਲਾਉਂਗੇ ਅਸੀਂ ਰੋਣਾ ਸੀ ਅੱਜ ਤੁਸੀਂ ਰੋਣਾ ਸੀ ਮੈਂ ਵੀ ਤਾਂ ਆਇਆ ਸੀ ਭਾਈ ਤੁਸੀਂ ਕਿੱਥੇ ਹੋ ਅੱਜ ਮੈਂ ਅੱਛਾ ਨਹੀਂ ਲੱਗਿਆ ਮੈਂ ਵੀ ਅੱਜ ਸ਼ਹਿਰ ਗਿਆ ਤੁਸੀਂ ਕਹਿੰਦੇ ਚਲੀਏ ਅਸਲ ਮੇਰੀ ਛੁੱਟੀ ਸੀ ਨਾ ਜੁਮੇ ਵਾਲੇ ਦਿਨ ਤੇ ਇਸ ਵਜ੍ਹਾ ਤੋਂ ਜਿਹੜਾ ਨਾ ਮੈਂ ਇਹੀ ਸੋਚਿਆ ਅਸੀਂ ਇਸ ਕਰਕੇ ਜਿਹੜਾ ਨਾ ਅਸੀਂ ਕਿਹਾ ਵੀ ਅੱਜ ਮਿਲਦੇ ਜਾਈਏ ਮੁੜ ਕੇ ਮੁਲਤਾਨ ਬਹੁਤ ਲੱਗਦੇ ਆ ਲੇਕਿਨ ਗੱਲ ਇਵੇਂ ਆ ਕਿ ਤੁਸੀਂ ਓਹਨੂੰ ਬਿਲਕੁਲ ਲਿਮਟ ਚ ਰੱਖ ਲਿਆ ਬਸ ਇਸ ਕਰਕੇ ਫਿਰ ਅਸੀਂ ਵਾਪਸ ਆ ਗਏ ਤਬੀਅਤ ਖਰਾਬ ਸੀ ਪਰਸੋਂ ਰਾਤੀ 10 ਵਜੇ ਲੈ ਕੇ ਰਾਤੀ 11 ਵਜੇ ਅੰਮੀ ਵੀ ਰੋਣ ਲੱਗ ਗਏ ਬੂਹ ਰੋਣ ਲੱਗ ਗਏ ਕਿ ਕੋਈ ਖਾਲ ਨੀ ਸੀ ਮੈਡੀਸਨ ਖਾਤੀ ਝਟ ਹੋਇਆ
ਮਿੱਠਾ ਦਿੱਤਾ ਹੋਇਆ ਨਾ ਇਹਨੂੰ ਹੱਥ ਲਾਉਣਾ ਉਹਨੂੰ ਗਰਮ ਪਾਣੀ ਚਲੋ ਜੀ ਠੀਕ ਆ ਹੁਣ ਤੁਸੀਂ ਇਸ ਤਰ੍ਹਾਂ ਕਰਨਾ ਕਿ ਸਾਡੇ ਕੋਲ ਲਾਇਓ ਚੱਕਰ ਇਨਸ਼ਾਅੱਲਾ ਬਸ ਠੀਕ ਠੀਕ ਹੈ ਸਾਨੂੰ ਇਜਾਜ਼ਤ ਦਿਓ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਤੇ ਖੁਸ਼ ਰਹੋ ਆਬਾਦ ਰਹੋ ਸਾਡੀਆਂ ਦੁਆਵਾਂ ਤੁਹਾਡੇ ਨਾਲ ਤੇ ਇਨਸ਼ਾਅੱਲਾ ਜਿਹੜਾ ਜੀ ਮੁਲਾਕਾਤ ਫੇਰ ਹੋਏਗੀ ਸਾਡੇ ਕੋਲ ਹੁਣ ਮੋਹਰੇ ਦਾ ਮਸਲਾ ਬਿਲਕੁਲ ਠੀਕ ਹੋ ਜੇ ਫਿਰ ਭੈਣ ਭਰਾਵਾਂ ਮੈਨੂੰ ਆਮਦਨ ਸੋਹਣਾ ਲੱਗਦਾ ਨਾ ਠੀਕ ਠੀਕ ਹੈ ਪਹੁੰਚ ਕੇ ਬਾਈ ਮੈਨੂੰ ਦੱਸ ਦਿਓ ਠੀਕ ਹੈ।